90 out of 90 हम एक चीज का ध्यान रखियो हमेशा स्पीकिंग चीजा सिखाई जाए कि तुम फास्ट रहना वा फ्लो रहना वा स्पीकिंग सब तो वड्डी गलती है स्पीकिंग जो टीचर यह चीज कह देता फास्ट जो अपने दिमाग चीज रह जाती है स्पीकिंग फास्ट रहना वा उदो आप स्पीकिंग स्कोर डाउन ही डाउन लेके जा सकते हैं स्पीकिंग स्कोर कदे भी अपने होंगे स्पीकिंग स्कोर आप करना चाहते हैं सिंपल जी चीजा ध्यान च रखियो दस दवा स्पीकिंग सब तो मेन इंपोर्टेंट चीजा ध्यान च रखने वाली आ भी सब तो पहला अपन आपकी प्रोनाउंसिएशन से वर्क करना चाहिए कलैरिटी से जदों आप किसी वर्ड को क्लीयर नहीं बोलते गे अपना कॉन्टेंट नहीं आना गा जिन्ना टाइम आप किसी वर्ड को क्लीयर नहीं ना बोलते कॉन्टेंट नहीं आना बाकी चीजों नंबर नहीं आने गए कॉन्टेंट बाकी चीजा च नंबर दूगा प्रोनाउंसिएशन थोड़ी स्पीकिंग नंबर दूगी फ्लो जे कल फ्लो पिछे भजे रहे ना प्रोनाउंसिएशन आनी है ना फ्लो ना कॉन्टेंट आना कला फ्लो रह जाना वा फ्लो ने थोनू जेडे आ स्कोर पास हो जोगे नहीं देने गए सिंपल चीज ध्यान च रखियो किवें स्पीकिंग एक्सप्लेन करना दसदा वा हम जैक रीड लाउड कोई भी रीड लाउड जिवें दी इंसल्ट्स क्रिटिसम वर नॉट अनएक्सपेक्टेड बट वाज सरप्राइजिंग वाज पीपल्स एंथुसियाज्म अबाउट दी कंपटीशन थाउजेंड्स हैव पार्टिसिपेटेड इन दी डिस्कशन हम सिंपल जी चीजा वा जेकर आप कोई रीड लाउड बोलते पे हाँ और रीड लाउड नूं बोलन लगे ना कला कला वर्ड आप क्लीयर जो सुनना चाहिए वा कई बार बच्चे की करते रीड लाउड वर्ड टू वर्ड हो जाते हैं वर्ड टू वर्ड कहने इंसल्ट्स criticism were not unexpected but was surprising was people's a word to word ਇਹ ਵੀ ਚੀਜ਼ ਗਲਤ ਆ ਹੁਣ ਰੀਡ ਲਾਉਣ ਦੇ ਵਿੱਚ ਜੇਕਰ ਮੈਂ ਪੂਰੇ ਫਲੋ ਦੇ ਵਿੱਚ ਹੋ ਜਾਂ ਜੇ ਮੈਂ ਪੌਜ਼ ਲੈਣੇ ਵੀ ਭੁੱਲ ਜਾ ਮੈਨੂੰ ਲੱਗਿਆ ਰੀਡ ਲਾਉਣ ਮੈਂ ਤਾਂ ਈਜ਼ੀਲੀ ਪੜ੍ਹ ਲੈਂਦਾ ਵਾਂ ਜਿਹੜੇ ਬੱਚਿਆਂ ਦੀ ਗਲਤੀ ਆ ਜਿਹੜੇ ਬੱਚੇ ਕਹਿੰਦੇ ਅਸੀਂ ਤਾਂ ਪੜ੍ਹ ਲੈਂਦੇ ਆ ਫਿਰ ਵੀ ਸਾਡੇ ਨੰਬਰ ਨਹੀਂ ਆਉਂਦੇ ਉਹ ਇਹ ਗਲਤੀ ਕਰਦੇ ਆ ਉਹ ਕਰਦੇ ਆ ਇਨਸਲਟਸ ਐਂਡ ਕ੍ਰਿਟਿਸਮ ਵਰ ਨਾਟ ਅਨਐਕਸਪੈਕਟਡ ਵਟ ਵਾਸ ਸਰਪ੍ਰਾਈਜ਼ਿੰਗ ਵਾਸ ਪੀਪਲਸ ਇੰਥੂਸੀਆਜ਼ਮ ਅਬਾਊਟ ਦੀ ਕੰਪੀਟੀਸ਼ਨ ਥਾਊਜ਼ੈਂਡਸ ਹੈਵ ਪਾਰਟਿਸਿਪੇਟਡ ਇਨ ਦੀ ਡਿਸਕਸ਼ਨ ਪੜ੍ਹਿਆ ਠੀਕ ਆ ਠੀਕ ਆ ਸਾਰਾ ਕੁਝ ਬੋਲਿਆ ਵੀ ਠੀਕ ਆ ਇੱਕ ਚੀਜ਼ ਦੀ ਗੱਲ ਤੇ ਰਹੀ ਫਲੋ ਹੀ ਨਹੀਂ ਸੀਗਾ ਫਲੋ ਫਲੋ ਇਹ ਨਹੀਂ ਹੁੰਦਾ ਫਲੋ ਤੇਜ਼ ਫਲੋ ਦੇ ਵਿੱਚ ਕੀ ਚੀਜ਼ ਆਈ ਸੀਗੀ ਕੋਈ ਨਾ ਸਟਾਪ ਨਾ ਪੌਜ਼ ਕਿੱਥੇ ਲਾਈਨ ਖਤਮ ਹੁੰਦੀ ਆ ਕਿੱਥੋਂ ਲਾਈਨ ਅਗਲੀ ਸਟਾਰਟ ਹੁੰਦੀ ਆ ਇੱਕ ਮੇਰੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹੁੰਦਾ ਮੈਂ ਰੀਡ ਲਾਉਡ ਨੂੰ ਵਧੀਆ ਤਰੀਕੇ ਨਾਲ ਪਰਫਾਰਮ ਕਰਨਾ ਰੀਡ ਲਾਉਡ ਨੂੰ ਵਧੀਆ ਤਰੀਕੇ ਨਾਲ ਪਰਫਾਰਮ ਕਿਵੇਂ ਹੋਊਗਾ ਇੱਕ ਰੀਡ ਲਾਉਡ ਦੇ ਜਿੱਥੇ ਕੋਮਾ ਜਿੱਥੇ ਫੁੱਲ ਸਟਾਪ ਆ ਪ੍ਰੋਪਰ ਸਟਾਪ ਲਓ ਰੀਡ ਲਾਉਡ ਨੂੰ ਸਹੀ ਪਰਫਾਰਮ ਕਰਨ ਦਾ ਵੇ ਕੀ ਆ ਦੀ ਇਨਸਰਟਸ ਐਂਡ ਕ੍ਰਿਟਿਸਮ ਵਰ ਨਾਟ ਅਨਐਕਸਪੈਕਟਡ ਵਟ ਵਾਸ ਸਰਪ੍ਰਾਈਜ਼ਿੰਗ ਵਾਸ ਪੀਪਲਸ ਇੰਥੂਸੀਆਜ਼ਮ ਅਬਾਊਟ ਦੀ ਕੰਪੀਟੀਸ਼ਨ ਥਾਊਜ਼ੈਂਡਸ ਹੈਵ ਪਾਰਟਿਸਿਪੇਟਡ ਇਨ ਦੀ ਡਿਸਕਸ਼ਨ ਇੱਕ ਰੀਡ ਲਾਉਣ ਨੂੰ ਜਿੰਨਾ ਮੋਡਰੇਟ ਸਪੀਡ ਦੇ ਵਿੱਚ ਜਿੰਨਾ ਨੈਚੁਰਲ ਵੇ ਦੇ ਵਿੱਚ ਬੋਲੋਗੇ ਨਾ ਉਨੀ ਸਕੋਰਿੰਗ ਤੁਹਾਡੀ ਗੁੱਡ ਆਊਗੀ ਆਪਾਂ ਨੂੰ ਸਪੀਕਿੰਗ ਦੇ ਵਿੱਚ ਉਹਨਾਂ ਨੇ ਸਿਰਫ ਇੱਕ ਗੱਲ ਕਹੀ ਹੋਈ ਆ ਵੀ ਸਪੀਕਿੰਗ ਦੇ ਵਿੱਚ ਤੁਸੀਂ ਨਾ ਸਿਰਫ ਆਪਦਾ ਨੈਚੁਰਲ ਵੇ ਨਹੀਂ ਛੱਡਣਾ ਜਦੋਂ ਆਪਾਂ ਇਗਜ਼ਾਮ ਦੇ ਜਾਂਦੇ ਹਾਂ ਨਾ ਇਗਜ਼ਾਮ ਦੇ ਵਿੱਚ ਆਪਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਵਾਲੀ ਸ਼ੀਟ ਦਿੰਦੇ ਆ ਉਹਦੇ ਉੱਪਰ ਬਕਾਇਦਾ ਇਹ ਚੀਜ਼ ਲਿਖੀ ਹੁੰਦੀ ਪੀਅਰਸਨ ਵੱਲੋਂ ਵੀ ਤੁਸੀਂ ਸਪੀਕਿੰਗ ਦੇ ਵਿੱਚ ਨਾ ਆਪਦੀ ਨੈਚੁਰਲ ਟੋਨ ਦੇ ਵਿੱਚ ਬੋਲਣਾ ਵਾ ਨੈਚੁਰਲ ਵਾਇਸ ਦੇ ਵਿੱਚ ਆਪਦੀ ਨੈਚੁਰਲ ਟੋਨ ਨੂੰ ਨਹੀਂ ਛੱਡਣਾ ਗਾ ਬੱਚੇ ਕੀ ਕਰਦੇ ਆ ਬੱਚੇ ਉੱਥੇ ਜਦੋਂ ਰੌਲਾ ਪੈਂਦਾ ਹੁੰਦਾ ਆਪਦੀ ਵਿੱਚ ਵਾਜ ਵੀ ਉੱਚੀ ਚੱਕ ਦਿੰਦੇ ਆ ਤੇਜ਼ ਪੜ੍ਹਨ ਲੱਗ ਪੈਂਦੇ ਆ ਉਹ ਚੀਜ਼ਾਂ ਤੁਹਾਨੂੰ ਸਪੀਕਿੰਗ ਦੇ ਵਿੱਚ ਸਕੋਰਿੰਗ ਡਾਊਨ ਲੈ ਕੇ ਆ ਜਾਂਦੀਆਂ ਰੀਡ ਲਾਊਡ ਆ ਰੀਡ ਲਾਊਡ ਨੂੰ ਮੈਂ ਲਾਈਨਾਂ ਲਿਖੀਆਂ ਹੋਈਆਂ ਉਹ ਲਾਈਨਾਂ ਨੂੰ ਸਹੀ ਪੜ੍ਹਨਾ ਰੀਡਿੰਗ ਚ ਨੰਬਰ ਆ ਜਾਣਗੇ ਸਪੀਕਿੰਗ ਚ ਨੰਬਰ ਨਹੀਂ ਆਉਣੇ ਰਿਪੀਟ ਸੈਂਟੈਂਸ ਆ ਰਿਪੀਟ ਸੈਂਟੈਂਸ ਦੇ ਵਿੱਚ ਜਿਹੜਾ ਰਿਪੀਟ ਸੈਂਟੈਂਸ ਉਹਨੇ ਬੋਲਿਆ ਵਾ ਉਹਨੂੰ ਸਹੀ ਬੋਲਦਾ ਠੀਕ ਆ ਬੜਾ ਸੋਟ ਸੋਟ ਕੇ ਬੋਲਣਾ ਤੇਜ਼ ਬੋਲਣਾ ਜੇ ਮਰਜ਼ੀ ਬੋਲਦਾ ਲਾਈਨ ਸਾਰੀ ਚੱਕ ਲੂੰਗਾ ਬਟ ਸਪੀਕਿੰਗ ਸਪੀਕਿੰਗ ਫੇਰ ਰਹੇਗੀ ਇਹ ਚੀਜ਼ਾਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ ਵਾ ਕੋਈ ਚੀਜ਼ ਪੜ੍ਹਨੀ ਹੈ ਨਾ ਉਹਨੂੰ ਪੜ੍ਹੋ ਵੀ ਉਹ ਚੀਜ਼ ਦੇ ਹਿਸਾਬ ਨਾਲ ਵੀ ਮੈਂ ਬੋਲਣ ਦਾ ਵੇ ਵੀ ਮੇਰਾ ਵਧੀਆ ਹੋਵੇ ਮੈਂ ਤੁਹਾਨੂੰ ਹਮੇਸ਼ਾ ਇੱਕ ਚੀਜ਼ ਕਹਿੰਦਾ ਵਾ ਆਪਣਾ ਇਗਜ਼ਾਮ ਕੰਪਿਊਟਰ ਨੇ ਚੈੱਕ ਕਰਨਾ ਵਾ ਕੰਪਿਊਟਰ ਨੂੰ ਜਿੰਨਾ ਪਜ਼ਲ ਕਰੀ ਚੱਲੋਗੇ ਜਿੰਨਾ ਪਜ਼ਲ ਕਰੀ ਚੱਲੋਗੇ ਉਨੀ ਸਕੋਰਿੰਗ ਥੱਲੇ ਜਿੰਨਾ ਕੰਪਿਊਟਰ ਨੂੰ ਕਲੈਰਿਟੀ ਨਾਲ ਨਾ ਇੱਕ ਕਲੀਅਰ ਜੇ ਐਗਜ਼ਾਮ ਦਓਗੇ ਸਿੰਪਲ ਜੀ ਚੀਜ਼ ਨਾਲ ਐਕਸਪਲੇਨ ਕਰਕੇ ਦੱਸ ਦੋਗੇ ਉਨੀ ਸਕੋਰਿੰਗ ਅੱਪ ਆਊਗੀ ਇਹ ਚੀਜ਼ ਨੂੰ ਹਮੇਸ਼ਾ ਧਿਆਨ ਚ ਰੱਖਿਓ ਮੈਂ ਆਪਣੇ ਐਗਜ਼ਾਮ ਜਿੰਨੇ ਵੀ ਦਿੱਤੇ ਆ ਪਰਸਨਲੀ ਵੀ ਗੱਲ ਕਰਾਂ ਨਾ ਮੈਂ ਆਪਣੇ ਐਗਜ਼ਾਮ ਦੇ ਵਿੱਚ ਸੇਮ ਆਹੀ ਸਪੀਡ ਨੈਚੁਰਲ ਸਪੀਡ ਰੱਖ ਕੇ ਆਇਆ ਜਿਹੜੀ ਸਪੀਡ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਨਾ ਇਸੇ ਸਪੀਡ ਦੇ ਵਿੱਚ ਮੈਂ ਸਪੀਕਿੰਗ ਦੇ ਕੇ ਆਇਆ ਇਸੇ ਸਪੀਡ ਦੇ ਵਿੱਚ ਐਗਜ਼ਾਮ ਦੇ ਕੇ ਆਇਆ ਤਾਂ ਸਕੋਰਿੰਗ ਤੁਹਾਨੂੰ ਸਭ ਨੂੰ ਪਤਾ ਵਾ ਰਿਪੀਟ ਸੈਂਟੈਂਸ ਦੀ ਗੱਲ ਕਰਦਾ ਰਿਪੀਟ ਸੈਂਟੈਂਸ ਦੇ ਵਿੱਚ ਸਿੰਪਲ ਜੀ ਚੀਜ਼ ਆ ਧਿਆਨ ਚ ਰੱਖ ਲਿਓ ਰਿਪੀਟ ਸੈਂਟੈਂਸ ਦੇ ਵਿੱਚ ਜਿਹੜਾ ਤੁਸੀਂ ਲਾਈਨ ਬੋਲਦੇ ਆ ਨਾ ਪਿੱਛੇ ਕੋਈ ਕਈ ਕਹਿੰਦੇ ਅਸੀਂ ਫਿਲਰ ਐਡ ਕਰਦੇ ਆ ਫਲਾਨਾ ਟੋਪ ਕਰਨਾ ਫਿਲਰ ਕਿਸੇ ਨੇ ਨਹੀਂ ਐਡ ਕਰਨੇ ਉਹ ਗਲਤ ਆ ਚੀਜ਼ ਉਹ ਸਿਰਫ ਰੋਂਗ ਆ ਫਿਲਰ ਆਪਾਂ ਐਡ ਉਦੋਂ ਕਰਨਾ ਜਦੋਂ 10 ਅੱਖਰ ਦਾ ਰਿਪੀਟ ਸੈਂਟੈਂਸ ਆ ਮੈਨੂੰ ਲੱਗਦਾ ਯਾਰ ਮੈਨੂੰ ਮਸਾਂ ਤੋਂ ਵੱਧ ਜਿਹੜਾ ਰਿਪੀਟ ਸੈਂਟੈਂਸ ਆ ਉਹ ਇੱਕ ਜਾਂ ਦੋ ਵਾਰ ਹੀ ਸੁਣੇ ਆ ਠੀਕ ਆ ਫੇਰ ਮੈਂ ਉਹਦੇ ਪਿੱਛੇ ਕੋਈ ਲਾਈਨ ਐਡ ਕਰ ਦੂੰਗਾ ਇਟ ਇਜ਼ ਵੈਰੀ ਇਨਫੋਰਮੇਟਿਵ ਜਾਂ ਕੋਈ ਵੀ ਲਾਈਨ ਬੋਲ ਦੂੰਗਾ ਫੇਰ ਉਹ ਚੀਜ਼ ਠੀਕ ਆ ਬਟ ਜੇ ਕੰਟੈਂਟ ਸੌਂਦਾ ਪਿਆ ਵਾ ਫਿਰ ਵੀ ਪਿੱਛੇ ਫਿਲਰ ਐਡ ਕਰਦੇ ਪਏ ਹੋ ਉਹ ਚੀਜ਼ ਗਲਤ ਆ
ਫਿਲਰ ਪਿੱਛੇ ਨਹੀਂ ਐਡ ਕਰਨਾ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਇੱਕ ਰਿਪੀਟ ਸੈਂਟੈਂਸ ਦਾ ਹੋਰ ਬਹੁਤ ਇੰਪੋਰਟੈਂਟ ਰੂਲ ਆ ਆਪਾਂ ਨੂੰ ਰਿਪੀਟ ਸੈਂਟੈਂਸ ਦੇ ਵਿੱਚ ਉਹਨੇ ਬੋਲਿਆ ਵਾ ਦਾ ਲਾਇਬ੍ਰੇਰੀ ਵਿਲ ਬੀ ਲੋਕੇਟਡ ਨੌਰਥ ਸਾਈਡ ਆਫ ਦੀ ਕੈਂਪਸ ਮੈਨੂੰ ਸੁਣਿਆ ਵਾ ਦਾ ਲਾਇਬ੍ਰੇਰੀ ਵਿਲ ਬੀ ਲੋਕੇਟਡ ਮੈਂ ਬਾਅਦ ਚ ਫਿਰ ਸੋਚ ਕੇ ਬੋਲਤਾ ਨੌਰਥ ਸਾਈਡ ਆਫ ਦੀ ਕੈਂਪਸ ਰਿਪੀਟ ਸੈਂਟੈਂਸ ਦੇ ਵਿੱਚ ਜਿੱਥੇ ਮੈਂ ਰੁਕ ਗਿਆ ਬੋਲਦਾ ਬੋਲਦਾ ਨਾਲ ਦੀ ਨਾਲ ਨੈਕਸਟ ਜਿੱਥੇ ਮੈਂ ਰੁਕ ਗਿਆ ਨਾਲ ਦੀ ਨਾਲ ਨੈਕਸਟ ਮੈਂ ਬਹੁਤ ਬੱਚੇ ਇਦਾਂ ਦੇ ਦੇਖੇ ਆ ਰਿਪੀਟ ਸੈਂਟੈਂਸ ਬੋਲਣਗੇ ਮਾੜਾ ਸੋਚਣਗੇ ਫਿਰ ਬੋਲਣਗੇ ਜਦੋਂ ਰਿਪੀਟ ਸੈਂਟੈਂਸ ਤੁਸੀਂ ਸੋਚ ਕੇ ਬੋਲਦੇ ਹੋ ਨਾ ਸੋਚ ਕੇ ਬੋਲਦੇ ਹੋ ਤੁਸੀਂ ਉਹ ਲਾਈਨ ਲਾਈਨ ਕਿੰਨੇ ਨੰਬਰਾਂ ਦੀ ਆ ਤਿੰਨ ਨੰਬਰਾਂ ਦੀ ਆ ਬੋਲਣ ਦਾ ਵੇ ਕਿੰਨੇ ਨੰਬਰਾਂ ਦਾ ਵਾ ਦਸ ਨੰਬਰਾਂ ਦਾ ਵਾ ਹਿਊਜ ਡਿਫਰੈਂਸ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਚੀਜ਼ਾਂ ਦੇ ਵਿੱਚ ਡਿਫਰੈਂਸ ਬਹੁਤ ਆ ਤੁਸੀਂ ਤਿੰਨਾਂ ਨੰਬਰਾਂ ਦੇ ਪਿੱਛੇ ਜਾਂਦੇ ਜਾਂਦੇ ਤੁਸੀਂ ਆਪਦੇ ਦਸ ਨੰਬਰ ਗਵਾ ਲੈਂਦੇ ਆ ਉਹ ਦਸ ਨੰਬਰ ਜਿਹੜੇ ਆ ਉਹ ਓਵਰਆਲ ਐਗਜ਼ਾਮ ਤੇ ਬਹੁਤ ਵੱਡਾ ਫਰਕ ਪਾਉਂਦੇ ਆ ਇਹ ਨਿੱਕੀਆਂ ਨਿੱਕੀਆਂ ਬਰੀਕੀ ਵਾਲੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਇੱਕ ਰਿਪੀਟ ਸੈਂਟੈਂਸ ਦੇ ਵਿੱਚ ਨਾ ਕੋਈ ਸਪੀਕਰ ਆ ਸਪੀਕਰ ਦੇ ਬੋਲਣ ਦਾ ਵੀ ਵੱਖਰਾ ਵੱਖਰਾ ਵਾ ਹੁਣ ਰਿਪੀਟ ਸੈਂਟੈਂਸ ਦੇ ਵਿੱਚ ਸਪੀਕਰ ਦੀ ਟੋਨ ਨੂੰ ਕਈ ਬੱਚੇ ਫੋਲੋ ਕਰਦੇ ਆ ਹੁਣ ਸਪੀਕਰ ਬੋਲਦਾ ਵਾ ਲਾਇਬ੍ਰੇਰੀ ਵਿਲ ਬੀ ਲੋਕੇਟਡ ਨੌਰਥ ਸਾਈਡ ਆਫ ਦੀ ਕੈਂਪਸ ਬੱਚੇ ਬੋਲਣਗੇ ਲਾਇਬ੍ਰੇਰੀ ਵਿਲ ਬੀ ਲੋਕੇਟਡ ਆਪਾਂ ਉਹਨਾਂ ਦੀ ਟੋਨ ਨੂੰ ਕਾਪੀ ਨਹੀਂ ਕਰਨਾ ਆਪਾਂ ਇਹ ਨਹੀਂ ਦੇਖਣਾ ਵੀ ਸਪੀਕਰ ਬੋਲਦਾ ਪਿਆ ਵਾ ਤੇ ਆਪਾਂ ਉਵੇਂ ਬੋਲਾਂਗੇ ਤੇ ਸਾਨੂੰ ਸਕੋਰ ਫੁੱਲ ਆਉਣਗੇ ਨਹੀਂ ਉਹ ਆਪਾਂ ਨੂੰ ਜਸਟ ਕੀ ਹੈ ਕਿ ਕੁਐਸਚਨ ਦੱਸਦਾ ਪਿਆ ਵੀ ਆਹ ਤੁਹਾਡਾ ਕੁਐਸਚਨ ਹੈ ਤੁਸੀਂ ਰਿਪੀਟ ਕਰਨਾ ਵਾ ਉਹ ਆਪਾਂ ਨੂੰ ਇਹ ਨਹੀਂ ਕਹਿੰਦਾ ਪਿਆ ਵੀ ਹਾਂ ਵੀ ਜੋ ਮੈਂ ਫਲੋ ਬੋਲਦਾ ਪਿਆ ਵਾ ਜਿਵੇਂ ਮੈਂ ਬੋਲਦਾ ਪਿਆ ਉਹ ਕਰੈਕਟ ਹੀ ਆ ਨਹੀਂ ਉਹ ਆਪਾਂ ਨੂੰ ਸਿਰਫ ਆਂਸਰ ਦੱਸਦਾ ਪਿਆ ਵੀ ਆਹ ਤੁਸੀਂ ਬੋਲਣਾ ਵਾ ਆਪਾਂ ਉਹ ਆਪਦੀ ਨੈਚੁਰਲ ਟੋਨ ਚ ਬੋਲਣਾ ਵਾ ਬੱਚੇ ਕੀ ਸਪੀਕਰ ਨੂੰ ਫੋਲੋ ਕਰਨ ਲੱਗ ਪੈਂਦੇ ਆ ਸਪੀਕਰ ਨੇ ਵੀ ਹਾਈ ਸਪੀਡ ਚ ਬੋਲਿਆ ਸੀਗਾ ਅਸੀਂ ਹਾਈ ਸਪੀਡ ਚ ਬੋਲ ਦਿੰਦੇ ਆ ਨਹੀਂ ਉਹ ਚੀਜ਼ ਵੀ ਗਲਤ ਆ ਅਗਲੀ ਗੱਲ ਹੈ ਡਿਸਕ੍ਰਾਈਬ ਇਮੇਜ ਦੀ ਸਭ ਤੋਂ ਇੰਪੋਰਟੈਂਟ ਪਾਰਟ ਡਿਸਕ੍ਰਾਈਬ ਇਮੇਜ ਬਹੁਤ ਵਾਰ ਗਲਤ ਕਰ ਚੁੱਕਿਆ ਡਿਸਕ੍ਰਾਈਬ ਇਮੇਜ ਦੀ 100 ਚੋਂ 90% ਐਗਜ਼ਾਮ ਚੋਂ ਗਲਤ ਹੋਣ ਵਾਲੀ ਚੀਜ਼ ਡਿਸਕ੍ਰਾਈਬ ਇਮੇਜ ਹੁਣ ਡਿਸਕ੍ਰਾਈਬ ਇਮੇਜ ਦੇ ਵਿੱਚ ਕੀ ਚੀਜ਼ਾਂ ਨੇ ਸਭ ਤੋਂ ਪਹਿਲੀ ਚੀਜ਼ ਆ ਡਿਸਕ੍ਰਾਈਬ ਇਮੇਜ ਦੀ ਰਿਕਾਰਡਿੰਗ ਆ ਜਿਹੜੀ 25 ਤੋਂ 30 ਸੈਕਿੰਡ ਹੋਣੀ ਜ਼ਰੂਰੀ ਆ ਠੀਕ ਆ ਇੱਕ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਡਿਸਕ੍ਰਾਈਬ ਇਮੇਜ ਨੂੰ ਲੈ ਕੇ ਵੱਖਰੀ ਵੀਡੀਓ ਵੀ ਬਣਾਈ ਗਈ ਆ ਜੇਕਰ ਨਹੀਂ ਪਤਾ ਲੱਗਿਆ ਤਾਂ ਉਹ ਵੀਡੀਓ ਜਾ ਕੇ ਧਿਆਨ ਨਾਲ ਦੇਖ ਲਿਓ ਡਿਸਕ੍ਰਾਈਬ ਇਮੇਜ ਦੇ ਵਿੱਚ ਚੀਜ਼ਾਂ ਨੂੰ ਧਿਆਨ ਰੱਖਣ ਦੀ ਲੋੜ ਆ ਜਿਹੜੇ ਬੱਚੇ ਇਕੱਲਾ ਟੈਂਪਲੇਟ ਬੋਲਦੇ ਡਿਸਕ੍ਰਾਈਬ ਇਮੇਜ ਦਾ ਉਹ ਵੀ ਜਮਾ ਗਲਤ ਆ ਡਿਸਕ੍ਰਾਈਬ ਇਮੇਜ ਦੇ ਵਿੱਚ ਨਾ ਜੇਕਰ ਮੈਂ ਇਕੱਲਾ ਟੈਂਪਲੇਟ ਬੋਲਾਂ ਤਾਂ ਵੀ ਉਹਦੀ ਡਿਜ਼ਾਇਰ ਸਕੋਰਿੰਗ ਨਹੀਂ ਲੈ ਸਕਦਾ ਹੈਗਾ ਡਿਸਕ੍ਰਾਈਬ ਇਮੇਜ ਦੇ ਵਿੱਚ 100 ਚੋਂ 50% ਵੀ ਕੰਟੈਂਟ ਤੁਸੀਂ ਬੋਲਤਾ ਨਾ ਤਾਂ ਵੀ ਤੁਸੀਂ ਆਪਦੇ 100 ਮਾਰਕਸ ਲੜੋਗੇ 100 ਚੋਂ 100 ਇਹ ਚੀਜ਼ ਨੂੰ ਧਿਆਨ ਚ ਰੱਖਿਓ ਡਿਸਕ੍ਰਾਈਬ ਇਮੇਜ ਚੋਂ ਇਹ ਚੀਜ਼ ਧਿਆਨ ਚ ਰੱਖਿਆ ਕਰੋ 40 ਸੈਕਿੰਡ ਦੇ ਵਿੱਚ ਜਿਵੇਂ ਕਿਹੜੀਆਂ ਚੀਜ਼ਾਂ ਬੋਲਣੀਆਂ ਕਿਹੜੀਆਂ ਚੀਜ਼ਾਂ ਸਕਿਪ ਕਰਨੀਆਂ ਇਹ ਚੀਜ਼ਾਂ ਤੁਹਾਨੂੰ ਪਹਿਲਾਂ 40 ਸੈਕਿੰਡ ਦੇ ਵਿੱਚ ਦਿਮਾਗ ਚ ਗ੍ਰਾਫ ਬਣ ਜਾਣਾ ਚਾਹੀਦਾ ਵਾ ਜਦੋਂ 40 ਸੈਕਿੰਡ ਦੇ ਵਿੱਚ ਮੇਰਾ ਦਿਮਾਗ ਚ ਗ੍ਰਾਫ ਬਣ ਗਿਆ ਮੈਂ ਕਿਹੜੀਆਂ ਚੀਜ਼ਾਂ ਬੋਲਣੀਆਂ ਕਿਹੜੀਆਂ ਚੀਜ਼ਾਂ ਸਕਿਪ ਕਰਨੀਆਂ ਵਾ ਉਦੋਂ ਤੁਸੀਂ ਡਿਸਕ੍ਰਾਈਬ ਇਮੇਜ ਇੰਨੀ ਕਲੈਰਿਟੀ ਨਾਲ ਇੰਨੇ ਵਧੀਆ ਤਰੀਕੇ ਨਾਲ ਬੋਲੋਗੇ ਛੱਡ ਗੱਲ ਦੋ ਡਿਸਕ੍ਰਾਈਬ ਇਮੇਜ ਦਾ ਟੈਂਪਲੇਟ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਗਿਆ ਉਹ ਵੀਡੀਓ ਦੇ ਵਿੱਚ ਧਿਆਨ ਨਾਲ ਜਾ ਕੇ ਦੇਖ ਲਓ ਬਹੁਤ ਈਜ਼ੀ ਟੈਂਪਲੇਟ ਆ ਮੈਂ ਤਾਂ ਸਾਰਿਆਂ ਨੂੰ ਚਾਹੁੰਦਾ ਹਾਂ ਵੀ ਬੱਚੇ ਉਹ ਟੈਂਪਲੇਟ ਫੋਲੋ ਕਰਨ ਉਹ ਟੈਂਪਲੇਟ ਫੋਲੋ ਕਰਕੇ ਹਰੇਕ ਬੱਚੇ ਦੇ ਬਹੁਤ ਵਧੀਆ ਸਕੋਰ ਆਈ ਆ ਹਰੇਕ ਬੱਚੇ ਦੇ ਜਿੰਨੇ ਵੀ ਬੱਚੇ ਹੁਣ ਤੱਕ ਮੇਰੇ ਕੋਲ ਪੀਟੀ ਕਰਕੇ ਗਏ ਆ ਟੱਚਵੁੱਡ ਹਰੇਕ ਬੱਚੇ ਦੇ ਇੰਨੇ ਵਧੀਆ ਸਕੋਰ ਆਏ ਆ ਸਪੀਕਿੰਗ ਦੇ ਵਿੱਚੋਂ ਛੱਡ ਗੱਲ ਦੋ ਤੁਸੀਂ ਰਿਜ਼ਲਟ ਸਾਰੇ ਵੇਖ ਰਹੇ ਹੋ ਠੀਕ ਆ ਹੁਣ ਉਹ ਟੈਂਪਲੇਟ ਕੀ ਆ ਸਿੰਪਲ ਜਿਹਾ ਟੈਂਪਲੇਟ ਆ ਗ੍ਰਾਫ ਗਿਵਸ ਇਨਫੋਰਮੇਸ਼ਨ ਅਬਾਊਟ ਡੈਸ਼ ਇਟ ਇਜ਼ ਆਈ ਕੈਨ ਸੀ ਡੈਸ਼ ਆਈ ਕੈਨ ਸੀ ਡੈਸ਼ ਠੀਕ ਆ ਓਵਰਆਲ ਲਾਈਨ ਲਾਸਟ ਤੋਂ ਪਹਿਲਾਂ ਇੱਕ ਲਾਈਨ ਆਉਂਦੀ ਹੁੰਦੀ ਆ ਵਨ ਆਫ ਦਾ ਐਲੀਮੈਂਟ ਇਜ਼ ਅ ਮਿਨੀਮਮ ਅਦਰ ਇਜ਼ ਅ ਮੈਕਸੀਮਮ ਹੁਣ ਮਿਨੀਮਮ ਮੈਕਸੀਮਮ ਵਾਲੀ ਲਾਈਨ ਆ ਜਿਹੜੀ ਮਿਨੀਮਮ ਮੈਕਸੀਮਮ ਵਾਲੀ ਲਾਈਨ ਆ ਉਹ ਬਹੁਤ ਸਾਰੇ ਬੱਚੇ ਦੇ ਟੈਂਪਲੇਟ ਦੇ ਵਿੱਚ ਨਹੀਂ ਗਈ ਕਲਰ ਵਾਲੀ ਲਾਈਨ ਆ ਕਲਰ ਵਾਲੀ ਲਾਈਨ ਫਾਲਤੂ ਵਾਲੀ ਲਾਈਨ ਬੱਚੇ ਬਹੁਤ ਐਡ ਕਰਦੇ ਆ ਡਿਸਕ੍ਰਾਈਬ ਇਮੇਜ ਨੂੰ ਕਿਵੇਂ ਬੋਲਣਾ ਕਿਹੜੇ ਤਰੀਕੇ ਨਾਲ ਬੋਲਣਾ ਵਾ ਇੱਕ ਡਿਫਰੈਂਟ ਵੀਡੀਓ ਬਣਾਈ ਹੋਈ ਆ ਗੁਰਵਿੰਦਰ ਪੀਟੀ ਦੇ ਚੈਨਲ ਤੇ ਜਾ ਕੇ ਦੇਖੋ ਉਹਦੇ ਵਿੱਚ ਤੁਹਾਨੂੰ ਟੈਂਪਲੇਟ ਵੀ ਮਿਲ ਜਾਊਗਾ ਡਿਸਕ੍ਰਾਈਬ ਇਮੇਜ ਦਾ ਬੋਲਣ ਦਾ ਵੇ ਵੀ ਪਤਾ ਲੱਗੂਗਾ ਤੇ ਡਿਸਕ੍ਰਾਈਬ ਇਮੇਜ ਨੂੰ ਕਿਵੇਂ ਐਕਸਪਲੇਨ ਕਰੀਦਾ ਕਿੰਨਾ ਟਾਈਮ ਈਚ ਐਂਡ ਐਵਰੀਥਿੰਗ ਤੁਹਾਨੂੰ ਸਾਰਾ ਕੁਝ ਉਹ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਗੱਲਬਾਤ ਕਰਦਾ ਰੀਟਾ ਲੈਕਚਰ ਦੇ ਬਾਰੇ ਰੀਟਾ ਲੈਕਚਰ ਦਾ ਟੈਂਪਲੇਟ ਵੀ ਇੱਕ ਸ਼ੇਅਰ ਕੀਤਾ ਮੈਂ ਵੀਡੀਓ ਦੇ ਵਿੱਚ ਉਹ ਵੀ ਦੇਖਿਓ ਜਾ ਕੇ ਧਿਆਨ ਨਾਲ ਵੀਡੀਓ ਤੇ ਰੀਟਾ ਲੈਕਚਰ ਦੇ ਵਿੱਚ ਹੁਣ ਇੱਕ ਚੀਜ਼ ਆ ਰੀਟਾ ਲੈਕਚਰ ਸਿਰਫ ਸਕੋਰਿੰਗ ਘੱਟ ਆਉਂਦੀ ਆ ਰੀਟਾ ਲੈਕਚਰ ਦੇ ਵਿੱਚ ਐਗਜ਼ਾਮ ਦੇ ਵਿੱਚ ਆਡੀਓ ਨਿੱਕੀ ਹੁੰਦੀ ਆ ਕੰਟੈਂਟ ਕਿਵੇਂ ਚੱਕੀ ਰੀਟਾ ਲੈਕਚਰ ਦਾ ਕੰਟੈਂਟ ਤੁਸੀਂ ਰਿਪੀਟ ਕਰ ਸਕਦੇ ਹੋ ਰੀਟਾ ਲੈਕਚਰ ਦਾ ਪਰਸਨਲੀ ਵੀ ਗੱਲ ਕਰਾਂ ਰੀਟਾ ਲੈਕਚਰ ਦਾ ਮੇਰੀਆਂ 3 ਲਾਈਨਾਂ ਟੈਂਪਲੇਟ ਦੀਆਂ ਉਹ 3 ਲਾਈਨਾਂ ਵੀਡੀਓ ਦੇ ਵਿੱਚ ਸ਼ੇਅਰ ਕੀਤੀਆਂ ਗਈਆਂ ਤੁਸੀਂ ਜਾ ਧਿਆਨ ਨਾਲ ਦੇਖਿਓ ਉਹ ਰੀਟਾ ਲੈਕਚਰ ਦੇ 3 ਲਾਈਨਾਂ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ 5 ਵਰਡ ਦੂਜੀ ਲਾਈਨ ਦੇ ਪਿੱਛੇ 5 ਵਰਡ ਤੀਸਰੀ ਲਾਈਨ ਦੇ ਵਿੱਚ ਜਿਹੜੇ 1-2 ਵਰਡ ਬਚ ਕੇ ਉਹ ਬੋਲ ਦੇਣੇ ਆ ਤੇ ਜਿਹੜੇ ਬਾਕੀ ਵਰਡਸ ਲਿਖੇ ਹੋਏ ਆ ਉਹਨਾਂ ਨੂੰ ਪੁੱਠਾ ਸਿੱਧਾ ਕਰਕੇ ਬੋਲ ਦੇਣਾ ਪਹਿਲਾਂ ਤਾਂ ਸਾਰੇ ਵਰਡਸ ਨੂੰ ਸੀਕੁਐਂਸ ਵਾਈਜ਼ ਪੜਤਾ ਠੀਕ ਆ ਫਿਰ ਉਲਟ ਪੁਲਟ ਕਰਕੇ ਤੁਸੀਂ ਰੀਟਾ ਲੈਕਚਰ ਦੇ ਵਿੱਚ ਉਹਨਾਂ ਨੂੰ ਬੋਲ ਸਕਦੇ ਹੋ ਰੀਟਾ ਲੈਕਚਰ ਦੇ ਵਿੱਚ ਬਹੁਤ ਇੰਪੋਰਟੈਂਟ ਚੀਜ਼ਾਂ ਧਿਆਨ 'ਚ ਰੱਖਣ ਦੀ ਲੋੜ ਆ ਰੀਟਾ ਲੈਕਚਰ ਦੇ ਵਿੱਚ ਜਿਹੜੀ ਸਪੀਡ ਦੇ ਵਿੱਚ ਆਪਣਾ ਟੈਂਪਲੇਟ ਆ ਉਸੇ ਸਪੀਡ ਦੇ ਵਿੱਚ ਕੰਟੈਂਟ ਹੋਣਾ ਚਾਹੀਦਾ ਵਾ ਕਈ ਵਾਰ ਬੱਚੇ ਟੈਂਪਲੇਟ ਕਿਸੇ ਸਪੀਡ ਦੇ ਵਿੱਚ ਕੰਟੈਂਟ ਕਿਸੇ ਸਪੀਡ ਦੇ ਵਿੱਚ ਉਹਦਾ ਫਾਇਦਾ ਕੋਈ ਨਹੀਂ
रीटा लैक्चर दे वैच्च। रीटा लैक्चर दे वैच्च जे तुसी कहिंदे वी सर फ्रेजेस चक्कन दी लोड़ आ, राजे तुसी वर्ड्स वी चक लोगे ना उहनूं लाइन दी वी तरह बोल दोगे तां वी तुहाडे स्कोर नहीं कट्टे जांदे। बिकॉज़ हुण जे मैं बोलदा मैं इक वर्ड चक्का कंप्यूटर, इक मैं चक्का ह्यूमन, मैं उहनूं लाइन बना के बोलदा कंप्यूटर इज अ ह्यूमन बीइंग। ठीक है, हुण आपां नूं पता कंप्यूटर ह्यूमन बीइंग नहीं गा, पढ़ा उहदी सेंस वी गलत होवे यार लाइन दी। बट इक चीज ध्यान च रखियो कि मैनूं रीटा लैक्चर दे वैच्च ग्रामर दे नंबर हैगे आ नहीं हैगे, स्ट्रक्चर दे नंबर हैगे आ नहीं हैगे, फॉर्म दे नंबर हैगे नहीं हैगे, ਕਿਹੜੀਆਂ ਚੀਜ਼ਾਂ ਦੇ ਨੰਬਰ ਆ। ਮੈਨੂੰ ਨੰਬਰ ਹੈਗੇ ਫਲੋ ਦੇ, ਫਲੋ ਠੀਕ ਸੀਗਾ, ਠੀਕ ਸੀਗਾ। ਮੇਰੇ ਕੋਲ ਨੰਬਰ ਹੈਗੇ ਕੰਟੈਂਟ ਦੇ, ਕੰਟੈਂਟ ਠੀਕ ਸੀਗਾ, ਠੀਕ ਸੀਗਾ, ਕੰਟੈਂਟ ਹੀ ਸੀਗਾ। ਪਰ ਪ੍ਰੋਨਾਂਸੀਏਸ਼ਨ ਦੇ, ਪ੍ਰੋਨਾਂਸੀਏਸ਼ਨ ਠੀਕ ਕੀਤਾ, ਪ੍ਰੋਨਾਂਸ ਠੀਕ ਕੀਤਾ, ਠੀਕ ਕੀਤਾ। ਇਹ ਚੀਜ਼ਾਂ ਨੂੰ ਧਿਆਨ ਚ ਰੱਖਣ ਦੀ ਲੋੜ ਆ। ਰੀਟਾ ਲੈਕਚਰ ਦੀ ਇੱਕ ਡਿਟੇਲਿੰਗ ਤੇ ਵੀਡੀਓ ਬਣਾਈ ਵੀ ਆ, ਧਿਆਨ ਨਾਲ ਜਾ ਕੇ ਦੇਖਿਓ। ਓਵਰਆਲ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ, ਬੱਚੇ ਜਿਹੜੇ ਧਿਆਨ ਚ ਚੀਜ਼ਾਂ ਨਹੀਂ ਨਾ ਰੱਖਦੇ ਕਿ ਸਪੀਕਿੰਗ ਚ ਸਕੋਰਿੰਗ ਘੱਟ ਆਉਣ ਦੀ ਵਜ੍ਹਾ ਤੁਹਾਡੀ ਇਹ ਚੀਜ਼ ਦੀ ਹੁੰਦੀ, ਰੀਡ ਲੋਡ ਪੜ੍ਹਨਾ ਨਹੀਂ ਆ ਰਿਹਾ, ਰਿਪੀਟ ਸੈਂਟੈਂਸ ਬੋਲਣਾ ਨਹੀਂ ਆ ਰਿਹਾ। ਉਹ ਮੇਨ ਚੀਜ਼ ਇਹ ਹੁੰਦੀ ਆ ਬੋਲਣ ਦਾ ਵੇ, ਰੀਡ ਲੋਡ ਪੜ੍ਹਨਾ ਨਹੀਂ ਆ ਰਿਹਾ, ਮਤਲਬ ਲਾਈਨਾਂ ਪੜ੍ਹਨਾ ਨਹੀਂ ਆ ਰਹੀਆਂ, ਤੇ ਇੱਕ ਬੋਲਣ ਦੇ ਵੇ ਦੇ ਵਿੱਚ, ਇਹਨਾਂ ਦੋਵਾਂ ਗੱਲਾਂ ਦੇ ਵਿੱਚ ਬਹੁਤ ਡਿਫਰੈਂਸ ਆ। ਬੋਲਣ ਦਾ ਵੇ, ਮੈਂ ਕਿੱਥੇ ਪੌਜ਼ ਲੈਣਾ, ਮੈਂ ਕਿੱਥੇ ਪੌਜ਼ ਨਹੀਂ ਲੈਣਾ, ਮੈਂ ਕਦੋਂ ਜਦੋਂ ਮੇਰਾ ਆਂਸਰ ਹੋ ਗਿਆ। ਜਿਵੇਂ ਕਈ ਬੱਚੇ ਕੀ ਹੁੰਦੇ ਆ, ਜਦੋਂ ਰਿਕਾਰਡਿੰਗ ਚਾਲੂ ਹੁੰਦੀ ਆ, ਸਟਾਰਟ ਹੁੰਦੀ ਆ, ਕਿਸੇ ਵੀ ਚੀਜ਼ ਦੀ ਸਪੀਕਿੰਗ ਦੇ ਵਿੱਚੋਂ ਇੱਕ ਅੱਧਾ ਸਕਿੰਟ ਵੇਸਟ ਕਰਦੇ ਆ, ਜਦੋਂ ਬੋਲ ਕੇ ਹਟ ਜਾਂਦੇ ਆ, ਇੱਕ ਅੱਧਾ ਸਕਿੰਟ ਬਾਅਦ ਨੈਕਸਟ ਕਰਦੇ ਆ, ਇਹ ਚੀਜ਼ਾਂ ਸਾਰੀਆਂ ਫਰਕ ਪਾਉਂਦੀਆਂ ਐਗਜ਼ਾਮ ਤੇ। ਆਪਾਂ ਕਿੰਨਾ ਉੱਚੀ ਬੋਲਦੇ ਆ, ਕਿੰਨਾ ਹੌਲੀ ਬੋਲਦੇ ਆ। ਜੇਕਰ ਮੈਂ ਆਪਣੀ ਨੈਚੁਰਲ ਵਾਚ ਨਹੀਂ ਬੋਲਦਾ ਪਿਆ ਮੈਂ ਸਪੀਕਿੰਗ, ਮੈਂ ਕਦੇ 90 ਨਹੀਂ ਲੈ ਸਕਦਾ। ਤੁਸੀਂ ਸਾਰੇ ਬੱਚੇ ਜਿਹੜੇ ਮੈਨੂੰ ਦੇਖਦੇ ਪਏ ਆ, ਜਦੋਂ ਤੱਕ ਤੁਸੀਂ ਆਪਣੀ ਨੈਚੁਰਲ ਵਾਇਸ ਦੇ ਵਿੱਚ ਸਪੀਕਿੰਗ ਦੀ ਪਰਫਾਰਮ ਕਰਦੇ, ਨੈਚੁਰਲ ਟੋਨ ਜਿਹੜੀ ਤੁਹਾਡੀ ਡੇਲੀ ਬੇਸਿਸ ਤੇ ਤੁਸੀਂ ਗੱਲ ਕਰਦੇ ਆ, ਉਹ ਟੋਨ ਦੇ ਵਿੱਚ ਤੁਸੀਂ ਸਪੀਕਿੰਗ ਪਰਫਾਰਮ ਨਹੀਂ ਕਰੋਗੇ, ਤੁਸੀਂ ਸਪੀਕਿੰਗ ਦੇ ਵਿੱਚੋਂ ਨੰਬਰ ਨਹੀਂ ਲੈ ਸਕਦੇ। ਸਪੀਕਿੰਗ ਦੇ ਵਿੱਚੋਂ ਨੰਬਰ ਲੈਣੇ ਆ, ਨੋਰਮਲ ਚੀਜ਼ਾਂ ਧਿਆਨ ਚ ਰੱਖੋ। ਸਭ ਤੋਂ ਇੰਪੋਰਟੈਂਟ ਚੀਜ਼ ਆ ਨੈਚੁਰਲ ਵੇ, ਜਿੰਨਾ ਡੇਲੀ ਬੇਸਿਸ ਤੇ ਗੱਲ ਕਰਦੇ ਹੋ, ਜਿਹੜੀ ਉੱਚੀ ਆਵਾਜ਼ ਦੇ ਵਿੱਚ, ਜਿੰਨੀ ਆਵਾਜ਼ ਦੇ ਵਿੱਚ ਗੱਲ ਕਰਦੇ ਹੋ, ਉਨੀ ਨੈਚੁਰਲ ਵੇ ਦੇ ਵਿੱਚ ਤੁਸੀਂ ਸਪੀਕ ਕਰਨੀ ਆ। ਦੂਸਰੀ ਸਭ ਤੋਂ ਇੰਪੋਰਟੈਂਟ ਚੀਜ਼ ਆ ਜਿਹੜੀ, ਆਪਣਾ ਫਲੋ, ਕਿੰਨੀ ਕੁ ਤੇਜ਼ ਬੋਲਦੇ ਹੋ ਡੇਲੀ ਤੁਸੀਂ। ਮੈਂ ਹੁਣ ਤੁਹਾਡੇ ਨਾਲ ਗੱਲ ਕਰਦਾ ਪਿਆ ਵਾ, ਮੈਂ ਕਿੰਨੀ ਕੁ ਤੇਜ਼ ਬੋਲਦਾ ਪਿਆ, ਜਿੰਨੀ ਸਪੀਡ ਨਾਲ ਮੈਂ ਤੁਹਾਨੂੰ ਬੋਲਦਾ ਪਿਆ ਵਾ, ਜਿੰਨੀ ਸਪੀਡ ਨਾਲ ਗੱਲ ਕਰਦਾ ਪਿਆ ਵਾ, ਉਨੀ ਸਪੀਡ ਦੇ ਵਿੱਚ ਮੈਂ ਰੀਡ ਆਊਟ ਰੀਡ ਕਰਦਾ ਵਾ। ਦ ਇਨਸਲਟਸ ਐਂਡ ਕ੍ਰਿਟਿਸਮ ਵਰ ਨਾਟ ਅਨਐਕਸਪੈਕਟਡ ਬਟ ਵਾਸ ਸਰਪ੍ਰਾਈਜ਼ਿੰਗ ਵਾਸ ਪੀਪਲ, ਉਹੀ ਸਪੀਡ ਮੇਰੀ ਉੱਥੇ ਆ। ਮੈਂ ਆਹੀ ਚੀਜ਼ ਕਹਿੰਦਾ ਵਾ, ਇਹੀ ਸਪੀਡ ਆ ਬੱਚੇ ਨੂੰ ਐਗਜ਼ਾਮ ਦੇ ਵਿੱਚ ਰੱਖਣੀ ਚਾਹੀਦੀ, ਪ੍ਰੈਕਟਿਸ ਟਾਈਮ ਦੇ ਵਿੱਚ ਇਹੀ ਸਪੀਡ ਨੂੰ ਸਕੋਰ ਦਵਾਓਗੀ। ਇੱਕ ਪੌਜ਼ ਦਾ ਧਿਆਨ ਰੱਖਿਆ ਕਰੋ, ਕਿੱਥੇ ਫੁੱਲ ਸਟਾਪ, ਕਿੱਥੇ ਕੋਮਾ ਵਾ ਰੀਡ ਆਊਟ ਦੇ ਵਿੱਚ, ਉੱਥੇ ਮਾਈਨਰ ਜਾਂ ਪੌਜ਼ ਲਿਆ ਕਰੋ। ਡਿਸਕ੍ਰਾਈਬ ਵਿੱਚ ਕਿਸੇ ਦੇ ਨੰਬਰ ਨਹੀਂ ਆਉਂਦੇ, ਡਿਸਕ੍ਰਾਈਬ ਦੀ ਹਰੇਕ ਲਾਈਨ ਤੋਂ ਬਾਅਦ ਜਦੋਂ ਦੂਸਰੀ ਲਾਈਨ ਸਟਾਰਟ ਕਰਨੀ ਹੁੰਦੀ ਹੈ ਮਾਈਨਰ ਜਾਂ ਪੌਜ਼ ਲਿਆ ਕਰੋ, ਸਕੋਰ ਆ ਜਾਣਗੇ। ਠੀਕ ਹੈ ਜੀ, ਇੱਦਾਂ ਡਿਫਰੈਂਟ ਡਿਫਰੈਂਟ ਸਾਡੀਆਂ ਡਿਫਰੈਂਟ ਡਿਫਰੈਂਟ ਟੌਪਿਕਸ ਤੇ ਵੀਡੀਓਜ਼ ਦੇਖਣਾ ਚਾਹੁੰਦੇ ਹੋ, ਸੋ ਗੁਰਵਿੰਦਰ ਪੀਟੀ ਦਾ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਆਨ ਕਰ ਲਓ। ਵੀਡੀਓ ਵਧੀਆ ਲੱਗਦੀ ਹੁੰਦੀ ਆ, ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤ ਮਿੱਤਰਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ, ਬਿਕੋਜ਼ ਬਹੁਤ ਸਾਰੀਆਂ ਚੀਜ਼ਾਂ ਜੋ ਉਹਨਾਂ ਨੂੰ ਵੀ ਸਿੱਖਣ ਨੂੰ ਮਿਲ ਜਾ ਕਰਨਗੀਆਂ। ਜੇਕਰ ਤੁਸੀਂ ਮੇਰੇ ਤੋਂ ਪਰਸਨਲੀ ਆਨਲਾਈਨ ਕਲਾਸ ਲੈਣਾ ਚਾਹੁੰਦੇ ਹੋ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਮੈਂਸ਼ਨ ਆ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਮੈਂ ਤੁਹਾਡੇ ਕਾਲ ਵਟਸਐਪ ਦਾ ਜ਼ਰੂਰ ਰਿਪਲਾਈ ਦਊਂਗਾ। ਜੇਕਰ ਕੋਈ ਕੁਐਸਚਨ ਆ ਅਗਲੀ ਵੀਡੀਓ ਕਿਹੜੇ ਟੌਪਿਕ ਤੇ ਆਵੇ ਜਾਂ ਸਪੀਕਿੰਗ ਨੂੰ ਲੈ ਕੇ ਕੋਈ ਡਾਊਟ ਸੀਗਾ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਕੋਈ ਕੁਐਸਚਨ ਪੁੱਛ ਸਕਦੇ ਹੋ, ਤੁਹਾਡੇ ਕਮੈਂਟ ਦਾ ਜ਼ਰੂਰ ਰਿਪਲਾਈ ਹੋਊਗਾ। ਅਗਲੀ ਵੀਡੀਓ ਤੁਹਾਡੇ ਵਾਸਤੇ ਜਲਦੀ ਲੈ ਕੇ ਆਵਾਂਗੇ। ਥੈਂਕ ਯੂ ਸੋ ਮਚ।